ਸਤਿ ਸ਼੍ਰੀ ਅਕਾਲ ਜੀ JVS ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਆਜ਼ਾਦ ਕੱਲ ਰਾਤ ਤੋਂ ਹੀ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ ਦੀ ਆ ਤੇ ਜਿਹਦੇ ਵਿੱਚ ਕੀ ਹੈ ਕਿ ਉਹਨਾਂ ਦੀ ਗੱਡੀ ਦੇ ਉੱਪਰ ਆ ਜਿਹੜੇ ਲੋਕਾਂ ਵੱਲੋਂ ਡਲੇ ਵਰਸਾਏ ਜਾਂਦੇ ਨੇ ਤੇ ਲੋਕ ਆ ਜਿਹੜੀ ਉਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਤੇ ਉਹਨਾਂ ਦੇ ਜਿਹੜੇ ਨਾਲ ਮੁਲਾਜ਼ਮ ਨੇ ਜਾਂ ਕਰਕੇ ਸਿਕਿਉਰਿਟੀ ਗਾਰਡ ਉਹਨਾਂ ਵੱਲੋਂ ਲੋਕਾਂ ਨੂੰ ਕੁੱਟਿਆ ਵੀ ਜਾ ਰਿਹਾ ਅਸਲ ਕਹਾਣੀ ਕੀ ਆ ਅਸਲ ਕਾਰਨ ਕੀ ਆ ਤੇ ਸਾਡੇ ਨਾਲ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਮੌਜੂਦਾ ਪੰਚਾਇਤ ਮੈਂਬਰ ਵੀ ਨੇ ਇੰਦਰਜੀਤ ਭਾਗੀ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ JVS ਟਾਈਮ ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੰਦਰਜੀਤ ਜੀ ਜਿਸ ਤਰ੍ਹਾਂ ਕੱਲ੍ਹ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਸੁਖਬੀਰ ਬਾਦਲ ਜੀ ਜਿਹਦੇ ਵਿੱਚ ਲੋਕਾਂ ਵੱਲੋਂ ਬਹੁਤੇ ਤਾਂ ਸੋਸ਼ਲ ਮੀਡੀਆ ਦੇ ਚੈਨਲਾਂ ਨੂੰ ਪਤਾ ਹੀ ਨਹੀਂ ਕਿ ਅਸਲ ਕਾਰਨ ਕੀ ਆ ਤੁਸੀਂ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋ ਮੈਂ ਚਾਹੁੰਦਾ ਕਿ ਇੱਕ ਵਾਰੀ ਜਿਹੜਾ ਕਾਰਨ ਆ ਉਹ ਲੋਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਤੁਹਾਨੂੰ ਕਿੰਨੀ ਕੁ ਨੌਲੇਜ ਹੈ ਜੀ ਇਹ ਚੀਜ਼ ਬਾਰੇ JVS ਦੇਖ ਰਹੇ ਟਾਈਮਸ JVS ਟਾਈਮਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਜਿੱਥੋਂ ਤੱਕ ਸਰ ਸੁਖਬੀਰ ਸਿੰਘ ਬਾਦਲ ਜੀ ਦੇ ਵਿਜ਼ਿਟ ਦੀ ਗੱਲ ਹੈ ਤੇ ਉਹਨਾਂ ਤੇ ਉੱਥੇ ਜਿਹੜਾ ਵੀ ਡਿਸਪਿਊਟ ਕ੍ਰੀਏਟ ਹੋਇਆ ਉੱਥੇ ਉਹਦੇ ਨਾਲ ਕੰਸਰਨਡ ਗੱਲ ਹੈਗੀ ਹੈ ਜਿਹੜੀ ਉਹ ਇੱਕ ਮਾਰਨਿੰਗ ਪ੍ਰੋਗਰਾਮ ਸੀ ਸਾਡੇ ਉੱਥੇ ਸਰਪੰਚ ਨੇ ਮਿਸਟਰ ਬਜਾਜ ਮਿਸਟਰ ਸ਼ਾਮ ਲਾਲ ਬਜਾਜ ਉਹ ਸਾਡੇ ਸਿਟਿੰਗ ਸਰਪੰਚ ਨੇ ਸਾਡੀ ਪਾਰਟੀ ਦੇ ਨਾਲ ਕੰਸਰਨਡ ਨੇ ਉਹਨਾਂ ਦੇ ਸੱਦੇ ਦੇ ਉੱਪਰ ਹੀ ਅਸੀਂ ਉੱਥੇ ਸੁਖਬੀਰ ਜੀ ਵਿਜ਼ਿਟ ਕਰਨ ਗਏ ਸੀ ਤੇ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਸੀ ਇਹ ਇੱਕ ਗਮੀ ਦਾ ਪ੍ਰੋਗਰਾਮ ਸੀ ਜਿਹੜਾ ਕਿਸੇ ਕੋਈ ਮਿਸਹੈਪਨਿੰਗ ਹੋਈ ਸੀ ਉਹਨਾਂ ਦੇ ਨਾਲ ਵੀ ਉਹਨਾਂ ਨੇ 2 ਮਿੰਟ ਕੰਡੋਲੈਂਸ ਦੀ ਗੱਲ ਕਰਨੀ ਸੀ ਇਸ ਕੰਮ ਦੀ ਬਾਬਤ ਉੱਥੇ ਗਏ ਸੀ ਲੋਕਾਂ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਇਹ ਬਣਿਆ ਹੋਇਆ ਕਿ ਪੰਚਾਇਤੀ ਵੋਟਾਂ ਦੀ ਗੱਲ ਕਰੀਏ ਸ਼ਾਇਦ ਉਹਨਾਂ ਮਸਲਿਆਂ ਕਰਕੇ ਸੋ ਦਰਸ਼ਕੋ ਮੈਂ ਜਾਣਕਾਰੀ ਲਈ ਦੱਸ ਦੇਵਾਂ ਕਿ ਜਿਹੜਾ ਅਸਲ ਕਾਰਨ ਸੀ ਉਹ ਦੁੱਖ ਦਾ ਪ੍ਰਗਟਾਵਾ ਜਿਹੜਾ ਪਰਸਨਲੀ ਤਰੀਕੇ ਦੇ ਨਾਲ ਕਰਨ ਗਏ ਸੀ ਕਿਸੇ ਦੇ ਘਰ ਅਤੇ ਜਿਸ ਦੇ ਚੱਲਦਿਆਂ ਇਹ ਜਿਹੜਾ ਹੈਗਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਜੇ ਕਾਰਨ ਦੀ ਗੱਲ ਕਰੀਏ ਤਾਂ ਤੁਸੀਂ ਕੀ ਕਾਰਨ ਮੰਨਦੇ ਹੋ ਜੀ ਇਸ ਘਟਨਾ ਪਿੱਛੇ ਬਿਲਕੁਲ ਜੀ ਵੈਰੀ ਅਪਰੈਂਟਲੀ ਬੜਾ ਸਪਸ਼ਟ ਹੈ ਕਾਰਨ ਅੱਜ ਦੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਆ ਇਹ ਆਪਣਾ ਬੇਸ ਗੁਆ ਰਹੀ ਹੈ ਜੀ ਅਸੀਂ ਇਹ ਨਹੀਂ ਕਹਿੰਦੇ ਗੁਆ ਚੁੱਕੀ ਹੈ ਬਟ ਗੁਆ ਰਹੀ ਹੈ ਜੀ ਤੇ ਉਹਦਾ ਜ਼ਿੰਮੇਵਾਰ ਇਹ ਕਿਤੇ ਨਾ ਕਿਤੇ ਇਹ ਲੋਕਾਂ ਨੂੰ ਅਵੇਅਰ ਜੋ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਕਰਨੀ ਹੋ ਉਹਦੇ ਵਰਕਰਸ ਕਰਨੀ ਹੋ ਉਹਦੇ ਲੀਡਰਸ ਕਰਨੀ ਹੋ ਜੀ ਉਹਦੇ ਲਈ ਪਾਰਟੀ ਨੂੰ ਇਹ ਸੈਟਬੈਕ ਲੱਗਿਆ ਮੌਜੂਦਾ ਕਰੰਟ ਗਵਰਨਮੈਂਟ ਨੂੰ ਕਰੰਟ ਰੂਲਿੰਗ ਪਾਰਟੀ ਨੂੰ ਇਸੇ ਕਰਕੇ ਉਹਨਾਂ ਨੇ ਇਸ ਤੱਕਾਂ ਦਾ ਸਾਰਾ ਇਹ ਪੋਲੀਟੀਕਲੀ ਇਹ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਹੈ ਟੋਟਲੀ ਪੋਲੀਟੀਕਲੀ ਮੋਟੀਵੇਟਡ ਇਹ ਪ੍ਰੋਗਰਾਮ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰ ਰਹੇ ਹੋ ਜਿਸ ਤਰੀਕੇ ਦੇ ਨਾਲ ਹੈਗਾ ਮੁੱਖ ਮੰਤਰੀ ਵੱਲੋਂ ਜੀ ਫੈਸਲੇ ਲਏ ਜਾਂਦੇ ਨੇ ਨਾਲ ਦੀ ਨਾਲ ਯੂ ਟਰਨ ਵੀ ਮਾਰੇ ਜਾਂਦੇ ਨੇ ਜਾਂ ਗੱਲ ਕਰੀਏ ਪੰਚਾਇਤੀ ਚੋਣਾਂ ਭੰਗ ਹੋਣ ਨੂੰ ਲੈ ਕੇ ਜਾਂ ਪਟਵਾਰੀਆਂ ਵਾਲੇ ਮਸਲੇ ਦੇ ਉੱਪਰ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਬਿਲਕੁਲ ਜੀ ਬਿਨਾਂ ਸ਼ੱਕ ਇਸ ਸਰਕਾਰ ਨੂੰ ਯੂ ਟਰਨ ਸਰਕਾਰ ਕਿਹਾ ਜਾ ਸਕਦਾ ਚਾਹੇ ਉਹ ਜਗਾੜੂ ਰੇੜੀਆਂ ਵਾਲਾ ਮੁੱਦਾ ਹੋਵੇ ਚਾਹੇ ਉਹ PCS ਆਫੀਸਰਸ ਦੀ ਅਪੁਆਇੰਟਮੈਂਟ ਵਾਲਾ ਮੁੱਦਾ ਹੋਵੇ ਚਾਹੇ ਉਹ ਅੱਜ ਤੱਕ ਹੋਰ ਇਸ਼ੂਜ ਹੋਣ ਇਸ ਸਰਕਾਰ ਨੇ ਜਿੰਨੇ ਡਿਸੀਜਨ ਲਏ ਆ ਫਾਈਨਲੀ ਉਹ ਯੂ ਟਰਨ ਲਿਆ ਉਹਨਾਂ ਤੇ ਬੜੀ ਇਹ ਹਾਸੋਹੀਣੀ ਗੱਲ ਆ ਬਿਊਰੋਕਰੇਸੀ ਵਾਸਤੇ ਵੀ ਇਹ ਪਰੇਸ਼ਾਨੀ ਕ੍ਰੀਏਟ ਕਰ ਰਹੇ PCS ਆਫੀਸਰ ਦੀ ਗੱਲ ਕਰੀਏ ਹੁਣ IAS ਅਧਿਕਾਰੀਆਂ ਨੂੰ ਵੀ ਜਿਹੜਾ ਸਸਪੈਂਡ ਕੀਤਾ ਗਿਆ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਡੈਫੀਨੇਟਲੀ ਉਸ ਗੱਲ ਤੇ ਗੱਲ ਕਰਨੀ ਬਣਦੀ ਆ 2 IAS ਸੀਨੀਅਰ IAS ਅਧਿਕਾਰੀ ਖਹਿਰਾ ਸਾਹਿਬ ਤੇ ਤਵਾੜੀ ਸਾਹਿਬ ਜਿਹੜੇ ਜਿਨ੍ਹਾਂ ਦੇ ਬੜੀ ਵੱਡੀ ਜ਼ਿੰਮੇਵਾਰੀ ਸੀ ਤਵਾੜੀ ਸਾਹਿਬ ਕੋਲ ਸੈਕਟਰੀ ਸੀਗੇ ਉਹ ਜਿਹੜੇ ਪ੍ਰਿੰਸੀਪਲ ਸੈਕਟਰੀ ਮਿਸਟਰ ਖਹਿਰਾ ਡਾਇਰੈਕਟਰ ਪੰਚਾਇਤੀ ਦੇਖੋ IAS ਆਫੀਸਰਸ ਨੂੰ ਸਸਪੈਂਡ ਕਰਨ ਦੇ ਨਾਲ ਇਹ ਗੱਲ ਸੌਰਟ ਆਊਟ ਨਹੀਂ ਹੁੰਦੀ ਜੀ ਇਹ 6-7 ਘੰਟੇ ਦੇ ਵਿੱਚ ਇੱਕ ਪੂਰੀ ਫਾਈਲ ਕੰਪਲੀਟ ਕਰਕੇ ਮਾਨਯੋਗ ਪੰਚਾਇਤ ਮੰਤਰੀ ਪੰਜਾਬ ਸ੍ਰੀ ਲਾਲਜੀਤ ਭੁੱਲਰ ਜੀ ਦੁਆਰਾ ਇਹ ਪ੍ਰੈਸ਼ਰਾਈਜ਼ ਕਰਕੇ ਆਫੀਸਰਜ਼ ਨੂੰ ਈਵਨ ਅਸੀਂ ਤਾਂ ਇਹ ਵੀ ਕਹਾਂਗੇ ਵੀ CM ਸਾਹਿਬ ਨੂੰ ਮਿਸਗਾਈਡ ਕਰਕੇ ਇਹ ਫਾਈਲ ਸਾਈਨ ਕਰਵਾ ਕੇ ਹੱਥੋ ਹੱਥੀ ਇਹ ਡੈਜ਼ੋਲੂਸ਼ਨ ਕੀਤੀ ਗਈ ਹੈ ਪੰਚਾਇਤਾਂ ਦੀ ਜਿਹੜੀ ਕਿ ਡੈਮੋਕ੍ਰੈਟਿਕਲੀ ਇਲੈਕਟਡ ਰੀਪ੍ਰਜੈਂਟੇਟਿਵਸ ਦੇ ਹੱਕਾਂ 'ਤੇ ਇਹ ਸ਼ਰੇਆਮ ਡਾਕਾ ਸੀ ਜੇ ਗੱਲ ਕਰੀਏ ਪੰਚਾਇਤ ਭੰਗ ਕਰਨ ਵਾਲੇ IAS ਆਫੀਸਰ ਦੀ ਪਹਿਲਾਂ ਵੀ ਉਹ ਜਿਹੜੀਆਂ ਚੀਜ਼ਾਂ ਕਰਦੇ ਆ ਰਹੇ ਆ ਹੁਣ ਹੀ ਕਿਉਂ ਇੰਨਾ ਮਜਬੂਰ ਹੋਣਾ ਪੈ ਗਿਆ ਜੀ ਉਹਨਾਂ ਨੂੰ ਬਿਲਕੁਲ ਜੀ ਇਹ ਇੱਕ ਬੜਾ ਕੁਐਸਚਨ ਰੇਜ ਹੋ ਰਿਹਾ ਟੂਡੇ ਮੀਡੀਆ ਦੇ ਵਿੱਚ ਵੀ ਇਸ ਤੱਕਾਂ ਦੇ ਵਰਤਾਰੇ ਪਹਿਲਾਂ ਵੀ ਹੁੰਦੇ ਰਹੇ ਆ ਬਟ ਇਹ ਇਸ ਤੱਕ ਇਸ਼ੂ ਕਿਉਂ ਬਣਿਆ ਜੀ ਜਗਵੀਰ ਜੀ ਇਸ ਤੱਕ ਕਦੇ ਨਹੀਂ ਹੋਇਆ ਵੀ 6 ਮਹੀਨੇ ਪਹਿਲਾਂ ਪੰਚਾਇਤਾਂ ਭੰਗ ਕਰ ਦਿੱਤੀਆਂ ਜਾਣ ਤੇ ਆਪਦੇ ਚਹੇਤਿਆਂ ਨੂੰ ਰੀਪ੍ਰਜੈਂਟੇਟਿਵ ਲਾ ਕੇ ਮੂਹਰੇ ਤੇ ਅਬਜ਼ਰਵਰ ਲਾ ਕੇ ਐਡਮਿਨਿਸਟ੍ਰੇਟਰ ਲਾ ਕੇ ਤੇ ਕੰਮ ਕਰਵਾਏ ਜਾਣ
ਆਫਟਰ ਆਲ ਵੀ ਆਰ ਡੈਮੋਕਰੈਟਿਕਲੀ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਜੀ, ਅਸੀਂ 200-300 ਬੰਦੇ ਦੀ ਨੁਮਾਇੰਦਗੀ ਕਰਦੇ ਆ, ਅਸੀਂ ਡਿਵੈਲਪਮੈਂਟ ਦੇ ਕੰਮ ਕਰਨੇ ਹੁੰਦੇ ਆ। ਬਹੁਤ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਅਸੀਂ ਪੰਚਾਇਤ ਵਾਲਿਆਂ ਨੇ ਇਹਨਾਂ ਲਾਸਟ ਮਹੀਨਿਆਂ ਦੇ ਵਿੱਚ ਫਾਈਨਲ ਟੱਚ ਦੇਣਾ ਹੁੰਦਾ ਆਪਦੇ ਡਾਕੂਮੈਂਟਰੀ ਪ੍ਰੋਸੀਡਿੰਗ, ਸਾਡੇ ਲੈਣ ਦੇਣ ਜੋ ਵੀ ਕਿਤੇ ਹੈਗਾ ਜੋ ਵੀ ਉਹ ਅਸੀਂ ਕੰਪਲੀਟ ਕਰਨਾ ਹੁੰਦਾ, ਤਾਂ ਉਹਦੇ ਵਾਸਤੇ ਵੀ ਸਾਨੂੰ ਟਾਈਮ ਨਹੀਂ ਸੀ ਮਿਲਿਆ। ਉਸ ਤੋਂ ਵੱਡੀ ਗੱਲ ਜਿਹੜਾ ਇਹਨਾਂ ਨੇ ਡੀਫੇਮ ਕੀਤਾ ਵੀ ਇਹ ਸਾਰੇ ਦੇ ਸਾਰੇ 13,500 ਤੋਂ ਉੱਪਰ ਜਿਹੜੇ ਸਰਪੰਚ ਨੇ ਪੰਚਾਇਤਾਂ ਇਹ ਕਰਪਟ ਨੇ, ਇਹ ਜੋ ਸਾਡੇ ਤੇ ਲੇਬਰ ਲੇਬਲ ਲਾ ਦਿੱਤਾ ਮੌਜੂਦਾ ਸਰਕਾਰ ਨੇ, ਮੈਂ ਸਮਝਦਾ ਇਹ ਬੜਾ ਮਾੜੀ ਗੱਲ ਆ। ਸਾਨੂੰ ਡੀਫੇਮ ਕੀਤਾ ਜਾ ਰਿਹਾ ਤੇ ਜਦੋਂ ਕਿ ਇਸ ਤੱਕ ਦੀ ਕੋਈ ਗੱਲ ਨਹੀਂ। ਜੇ ਪਟਵਾਰੀ ਵਾਲੇ ਮਸਲੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿਹਾ ਗਿਆ ਕਿ 1.5-1.5 ਲੱਖ ਲੈਣ ਵਾਲੇ ਕਲਮ ਛੋੜ ਦਾ ਜਿਹੜਾ ਅੰਦੋਲਨ ਕਰਨਗੇ ਜਾਂ ਹੜਤਾਲ ਕਰਨਗੇ, ਕੀ ਬਾਕੀ 1.5-1.5 ਲੱਖ ਲੈਂਦੇ ਨੇ ਤੁਹਾਡੇ ਮੁਤਾਬਕ? ਜਗਵੀਰ ਜੀ, ਇਸ ਵਿਸ਼ੇ ਦੇ ਉੱਤੇ ਮੇਰੀ ਕੰਸਰਨਡ ਡਿਪਾਰਟਮੈਂਟ ਦੇ ਨਾਲ, ਇਹਨਾਂ ਦੇ ਇੰਪਲਾਈਜ਼ ਦੇ ਨਾਲ, ਸਾਰਿਆਂ ਦੇ ਨਾਲ ਮੇਰੀ ਵਿਸਥਾਰਪੂਰਵਕ ਗੱਲ ਹੋਈ ਹੈ ਜੀ। ਪੰਜਾਬ ਦੇ ਵਿੱਚ ਪਟਵਾਰੀ ਸਾਹਿਬ ਹੋਣ, ਕਾਨੂੰਗੋ ਸਾਹਿਬ ਹੋਣ, ਜਾਂ ਇਸ ਤੋਂ ਉੱਪਰਲੇ ਆਫਿਸਰ ਹੋਣ ਰੈਵਨਿਊ ਡਿਪਾਰਟਮੈਂਟ ਦੇ, ਕਿਸੇ ਨੂੰ ਵੀ 1.5 ਲੱਖ ਰੁਪਇਆ ਤਨਖਾਹ ਨਹੀਂ ਮਿਲ ਰਹੀ ਜੀ। ਈਵਨ 1 ਲੱਖ ਰੁਪਇਆ ਤਨਖਾਹ ਵੀ ਨਹੀਂ ਮਿਲ ਰਹੀ। ਉਹ ਡਿਪਾਰਟਮੈਂਟ ਜੇ ਅਸੀਂ ਪਾਰਟੀਕੁਲਰਲੀ ਨਿਹਾਲ ਸਿੰਘ ਵਾਲਾ ਦੀ ਗੱਲ ਕਰੀਏ, ਨਿਹਾਲ ਸਿੰਘ ਵਾਲਾ ਦੇ ਵਿੱਚ ਟੋਟਲ 35 ਪੋਸਟਾਂ ਨੇ ਜੀ, 35 ਦੇ ਵਿੱਚੋਂ 7 ਕੰਮ ਕਰ ਰਹੇ ਨੇ, ਇਟ ਮੀਨਸ 28 ਪੋਸਟਾਂ ਖਾਲੀ ਨੇ, ਤੇ ਜੇ ਉਹਨਾਂ ਨੂੰ ਐਕਸਟਰਾ ਕੰਮ ਦਿੱਤਾ ਜਾ ਰਿਹਾ, ਐਕਸਟਰਾ ਉਹਨਾਂ ਨੂੰ ਮੈਂਟਲੀ, ਫਿਜੀਕਲੀ, ਇਕਨੋਮਿਕਲੀ ਉਹਨਾਂ ਨੂੰ ਟੋਰਚਰ ਕੀਤਾ ਜਾ ਰਿਹਾ, ਤਾਂ ਮੈਂ ਸਮਝਦਾ ਵੀ ਇਹ ਉਹਨਾਂ ਦੇ ਫੱਟਾਂ ਦੇ ਉੱਤੇ ਨੂੰ ਲਾਉਣ ਵਾਲੀ ਗੱਲ ਆ। ਜਿਹੜਾ ਉਹਨਾਂ ਨੂੰ ਇਹ ਕਹਿਣਾ ਵੀ ਅਸੀਂ ਤੁਹਾਡੀ ਕਲਮ ਖੋਲਾਂਗੇ, ਅਸੀਂ ਤੁਹਾਨੂੰ ਕਲਮ ਨਹੀਂ ਦੇਣੀ, ਇਹ ਉਹਨਾਂ ਨੂੰ ਮੈਂਟਲੀ, ਸਾਈਕੋਲੋਜੀਕਲੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਪਟਵਾਰੀਆਂ ਦੀ ਗੱਲ ਕਰੀਏ ਤੁਸੀਂ, ਟੋਰਚਰ ਦੀ ਵੀ ਗੱਲ ਕਰੀਏ, ਜੇ ਗੱਲ ਕਰੀਏ ਜਿਹੜੇ ਨਵੇਂ ਨੌਜਵਾਨ ਨੇ 5-5 ਹਜ਼ਾਰ ਰੁਪਏ ਦੀ ਤਨਖਾਹ ਦੇ ਉੱਪਰ ਲੱਗੇ ਨੇ, ਤੇ ਲੋਕਾਂ ਵੱਲੋਂ ਜਿਹੜਾ ਕਹਿੰਦੇ ਕਿ ਟਿੱਪਣੀਆਂ ਵੀ ਆਈਆਂ ਨੇ, ਕਿਹਾ ਜਾ ਰਿਹਾ ਕਿ ਕੋਈ ਵੀ ਪਟਵਾਰੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਮਾਨਦਾਰ ਦਿਖਾਉਂਦੇ ਨੇ, ਸਾਰੇ ਰਿਸ਼ਵਤ ਲੈਂਦੇ ਆ, ਤੁਹਾਨੂੰ ਕੀ ਲੱਗਦਾ? ਨਹੀਂ, ਇਹ ਗੱਲ ਠੀਕ ਨਹੀਂ ਹੈ। ਇੱਕੋ ਰੱਸੇ ਸਭ ਨੂੰ ਨਹੀਂ ਲੰਘਾਇਆ ਜਾ ਸਕਦਾ। ਅਸੀਂ ਕਦੇ ਵੀ ਗਲਤ ਆਦਮੀ ਦੀ ਜਾਂ ਗਲਤ ਸ਼ਖਸ ਦੀ ਅਸੀਂ ਸਪੋਰਟ ਨਹੀਂ ਕੀਤੀ ਜੀ। ਹਾਂ, ਇਹ ਠੀਕ ਹੈ, ਕੋਈ ਐਕਸੈਪਸ਼ਨਲ ਕੇਸ ਹੋ ਸਕਦੇ ਆ ਜੀ, ਉੱਥੇ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਉਹਨਾਂ ਦੀ ਖਾਤਰ ਹੜਤਾਲਾਂ ਕਰੋ ਜਾਂ ਤੁਸੀਂ ਪੈਨ ਡਾਊਨ ਸਟ੍ਰਾਈਕ ਕਰੋ, ਬਟ ਇਸ ਗੱਲ ਨੂੰ ਇਸ ਤੱਕ ਨਹੀਂ ਨਜਿੱਠਿਆ ਜਾਣਾ ਚਾਹੀਦਾ ਕਿਸੇ ਟੋਟਲ। ਤੁਸੀਂ ਇੱਕ ਮੋਟਾ ਜਿਹਾ ਹਿਸਾਬ ਲਾਓ ਜਗਵੀਰ ਜੀ, ਵੀ ਪੰਚਾਇਤਾਂ ਭੰਗ ਕੀਤੀਆਂ, ਪੰਚਾਇਤਾਂ ਨੂੰ ਕਰਪਟ ਕਰਾਰ ਦਿੱਤਾ ਗਿਆ ਜੀ, ਪਟਵਾਰੀਆਂ ਨੂੰ, ਪਟਵਾਰੀਆਂ ਦੀ ਪੈਨ ਡਾਊਨ ਸਟ੍ਰਾਈਕ, ਆਪਣੇ ਰਾਈਟਸ ਨੂੰ ਲੈ ਕੇ, ਨਾਲੇ ਪਟਵਾਰੀ ਸਾਹਿਬ ਕੀ ਮੰਗ ਰਹੇ ਨੇ, 6 ਜੁਲਾਈ 2022 ਨੂੰ ਸੀਐਮ ਸਾਹਿਬ ਕਹਿੰਦੇ ਨੇ 1.5 ਸਾਲ ਤੋਂ ਇਹਨਾਂ ਦਾ ਜਿਹੜਾ ਟ੍ਰੇਨਿੰਗ ਪੀਰੀਅਡ ਆ ਉਹ ਸਾਲ ਦਾ ਹੋਊਗਾ, ਤੇ ਜਿਹੜਾ ਟ੍ਰੇਨਿੰਗ ਪੀਰੀਅਡ ਆ ਉਹਨੂੰ ਪਾਰਟ ਆਫ ਦੀ ਸਰਵਿਸ ਗਿਣਿਆ ਜਾਊਗਾ। ਪਟਵਾਰੀ ਵਰਗ ਕੀ ਮੰਗ ਕਰ ਰਿਹਾ? ਪਟਵਾਰੀ ਵਰਗ ਤਾਂ ਇਹੀ ਮੰਗ ਕਰ ਰਿਹਾ ਨਾ ਵੀ ਇਹਨੂੰ ਇੰਪਲੀਮੈਂਟ ਕਰ ਦਿੱਤਾ ਜਾਵੇ ਜੀ। ਵੀ ਆਰ ਨਾਟ ਗੈਟਿੰਗ ਐਨੀ ਮੋਰ ਜੀ, ਵੀ ਆਰ ਨਾਟ ਡਿਮਾਂਡਿੰਗ ਐਨੀਥਿੰਗ ਮੋਰ ਐਕਸਟਰਾ, ਅਸੀਂ ਤਾਂ ਕੁਛ ਵੀ ਹੋਰ ਨਹੀਂ ਮੰਗ ਰਹੇ, ਬਟ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਤੋਂ ਉਹਨਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ। ਮੈਂ ਸਮਝਦਾ ਇੱਕ ਗਲਤ ਵਰਤਾਰਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਭੁਗਤਣਾ ਪਏ। ਵਰਤਾਰੇ ਦੀ ਗੱਲ ਕਰੀਏ, ਕੱਲ੍ਹ ਜਿਹੜਾ ਗਾ ਹਰਵੀਰ ਸਿੰਘ ਢੀਂਡਸਾ ਜੋ ਕਿ ਪਟਵਾਰੀ ਯੂਨੀਅਨ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜੋ ਇਹਨਾਂ ਨੇ ਜਿਹੜੇ 5,000 ਤੇ ਰੱਖੇ ਹੋਏ ਨੌਜਵਾਨ ਨੇ ਉਹਨਾਂ ਦਾ ਵੀ ਕਲੀਅਰ ਨਹੀਂ ਕੀਤਾ, ਉਹਨਾਂ ਨੇ ਸ਼ੋਸ਼ਣ ਦੀ ਵੀ ਗੱਲ ਕਰੀ ਹੈ, ਤੁਹਾਨੂੰ ਕੀ ਲੱਗਦਾ? ਬਿਲਕੁਲ ਜੀ, ਢੀਂਡਸਾ ਸਾਹਿਬ ਨੇ ਵੈਰੀ ਕਲੀਅਰਲੀ ਗੱਲ ਕੀਤੀ ਹੈ। ਢੀਂਡਸਾ ਸਾਹਿਬ ਬੜੇ ਸੁਲਝੇ ਹੋਏ ਪ੍ਰਧਾਨ ਨੇ ਪਟਵਾਰੀਆਂ ਦੇ ਜੀ, ਉਹਨਾਂ ਨੇ ਜਿਹੜੀ ਗੱਲ ਕਲੀਅਰ ਕੀਤੀ, ਇੱਕ ਤਾਂ ਉਹਨਾਂ ਨੇ ਇਹ ਗੱਲ ਕਲੀਅਰ ਕੀਤੀ ਹੈ ਵੀ ਅਸੀਂ ਉਹਨਾਂ ਜਿਹੜੇ ਨੌਜਵਾਨ ਨਵੇਂ ਅਪੁਆਇੰਟ ਕੀਤੇ ਜਾ ਰਹੇ ਨੇ ਜਾਂ ਜਿਹੜੇ ਅੰਡਰਟੇਨਿੰਗ ਨੇ, ਜਿਹੜੇ ਹੁਣ ਅੰਡਰਟੇਨਿੰਗ ਨੇ, ਅਸੀਂ ਉਹਨਾਂ ਦੇ ਅਗੇਂਸਟ ਨਹੀਂ ਗਏ, ਅਸੀਂ ਉਹਨਾਂ ਦੇ ਵਰਖਲਾਫ ਨਹੀਂ ਗਏ, ਬਟ ਅਸੀਂ ਇਹ ਕਹਿੰਦੇ ਹਾਂ ਵੀ ਜੇ ਸਾਡੇ ਕੋਲ ਦੇਖੋ ਤੁਸੀਂ ਸਰਪਲਸ ਜਿੰਨੇ ਵੀ ਟੋਟਲ 4,716 ਪੋਸਟਾਂ ਨੇ, 4,716 ਪੋਸਟਾਂ ਦੇ ਵਿੱਚੋਂ 3,200 ਸਮਥਿੰਗ ਇਹ ਜਿਹੜੀਆਂ ਇਹ ਵੇਕੈਂਟ ਨੇ, ਤੇ ਜੇ ਇਹਨਾਂ ਦੇ ਪੈਨ ਡਾਊਨ ਕਰਨ ਦੇ ਨਾਲ ਉਹਨਾਂ ਨੂੰ ਰੁਜ਼ਗਾਰ ਮਿਲਦਾ ਤਾਂ ਢੀਂਡਸਾ ਸਾਹਿਬ ਨੇ ਤਾਂ ਇਹ ਕਿਹਾ ਵੀ ਵੀ ਆ ਰਹੇ ਦੇ ਫੇਵਰ, ਅਸੀਂ ਤਾਂ ਉਹਨਾਂ ਦੇ ਹੱਕ ਦੇ ਵਿੱਚ ਹਾਂ। ਸੋ ਇਹ ਗੱਲ ਕਹਿਣਾ ਵੀ ਇਸ ਕਰਕੇ ਵੀ ਹਾਂ, ਡੈਫੀਨੇਟਲੀ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ। ਜਿਹੜੀ ਗੱਲ ਇਹ ਕਹੀ ਜਾ ਰਹੀ ਸੀ ਵੀ 1.5 ਸਾਲ ਤੋਂ ਤੁਹਾਡਾ ਟ੍ਰੇਨਿੰਗ ਪੀਰੀਅਡ ਆ ਜਿਹੜਾ ਸਾਲ ਦਾ ਕਰ ਦਿਆਂਗੇ, ਟ੍ਰੇਨਿੰਗ ਪੀਰੀਅਡ ਤੁਹਾਡਾ ਸਰਵਿਸ ਆਫ ਪਾਰਟ ਆਫ ਸਰਵਿਸ ਹੋਏਗਾ, ਉਸੇ ਗੱਲ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ, ਤੇ ਇਹ ਇੱਕ ਹਿਸਾਬ ਦੇ ਨਾਲ ਉਹਨਾਂ ਦਾ ਬੜਾ ਵੱਡਾ ਸ਼ੋਸ਼ਣ। ਪੰਜਾਬ ਦੇ ਵਿੱਚ ਜਿਹੜਾ ਐਸਮਾ ਐਕਟ ਵੀ ਜਿਹੜਾ ਵੱਡੇ ਪੱਧਰ ਤੇ ਜਿਹੜੀ ਇਹਦੀ ਵੀ ਚਰਚਾ ਹੋ ਰਹੀ ਆ, ਤੁਹਾਨੂੰ ਕਿੰਨਾ ਕੁ ਜਾਇਜ਼ ਲੱਗਦਾ? ਕਿਉਂਕਿ ਦੇਖੋ ਹਰ ਬੰਦੇ ਦੀਆਂ ਆਪਣੀਆਂ ਆਪਣੀਆਂ ਮੰਗਾਂ ਨੇ, ਤੇ ਜ਼ਿਆਦਾਤਰ ਜਿਹੜੇ ਉਹਦੇ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਖਿੱਚਿਆ ਜਾ ਰਿਹਾ।
ਜੀ ਨਹੀਂ ਇਹ ਗੱਲ ਬਿਲਕੁਲ ਗਲਤ ਆ। ਐਸੈਂਸ਼ੀਅਲ ਸਰਵਿਸਿਸ ਮੇਨਟੇਨੈਂਸ ਐਕਟ ਐਸਮਾ ਉੱਥੇ ਲਾਇਆ ਜਾਂਦਾ ਜਿੱਥੇ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਮਸਟ ਹੋਏ ਐਂਪਲਾਈਜ਼ ਦੇ ਲਈ ਵੀ ਆਹ ਸਰਵਿਸ ਪ੍ਰੋਵਾਈਡ ਕਰਨੀ ਕਰਨੀ ਆ। ਦੇਖੋ ਆਪਾਂ ਪਟਵਾਰੀਆਂ ਦੀ ਗੱਲ ਕੀਤੀ ਹੈ ਤੇ ਪਟਵਾਰੀਆਂ ਨੂੰ ਲੈ ਕੇ ਹੀ ਐਸਮਾ ਲਾਇਆ ਗਿਆ। ਪਟਵਾਰੀ ਸਾਹਿਬਾਨਾਂ ਨੇ ਫਲੱਡਡ ਏਰੀਆ ਦੇ ਵਿੱਚ ਤਾਂ ਆਪਦੇ ਬੰਦੇ ਨਾ ਸਟ੍ਰਾਈਕ ਤੇ ਸੱਦੇ, ਨਾ ਧਰਨੇ ਤੇ ਬਿਠਾਏ, ਨਾ ਉਹਨਾਂ ਨੇ ਪੈਨ ਡਾਊਨ ਕੀਤੀ, ਉਹ ਤਾਂ ਉਹ ਵੀ ਕੰਮ ਕਰ ਰਹੇ ਨੇ। ਜਿਨ੍ਹਾਂ ਨੇ ਵੀ ਸਟਰ ਕੀਤਾ, ਧਰਨਾ ਦਿੱਤਾ ਜਾਂ ਜਿਨ੍ਹਾਂ ਨੇ ਡਿਮਾਂਡਸ ਰੇਜ਼ ਕੀਤੀਆਂ, ਤਾਂ ਉਹ ਨੇ ਜਿਹੜੇ ਐਡੀਸ਼ਨਲ ਫੀਲਡਾਂ ਵਾਲੇ ਨੇ, ਉਹਨਾਂ ਕੋਲ ਐਡੀਸ਼ਨਲ ਚਾਰਜਸ ਨੇ, ਜਿਨ੍ਹਾਂ ਕੋਲ ਐਕਸਟਰਾ ਕੰਮ ਦਾ ਬਰਡਨ ਆ, ਤੇ ਜਿਹੜੇ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਨੇ। ਇਹ ਇਸ ਗੱਲ ਨੂੰ ਇਸ ਤੱਕ ਲਿਆ ਜਾਣਾ ਚਾਹੀਦਾ। ਹਰ ਗੱਲ ਕਹਿੰਦੇ ਹੁੰਦੇ ਕਿ ਤੱਥਾਂ ਤੋਂ ਬਿਨਾਂ ਗੱਲ ਨਹੀਂ ਬਣਦੀ ਗੀ, ਤੁਸੀਂ ਵੀ ਮੇਰੇ ਖਿਆਲ ਕਾਫੀ ਚਿੱਠਾ ਲਿਖੀ ਬੈਠੇ ਹੋ, ਕੀ ਹੈ ਜੀ ਇਹਦੇ ਵਿੱਚ? ਬਿਲਕੁਲ ਜੀ, ਇਹ ਮੈਂ ਇੱਕ ਡਿਟੇਲ ਲਈ ਸੀ ਵੀ ਟੋਟਲ ਜਿੰਨੀਆਂ ਮੋਗਾ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਹੈਗੀਆਂ 147 ਤਾਂ ਪਟਵਾਰੀਆਂ ਦੀਆਂ ਪੋਸਟਾਂ ਖਾਲੀ ਨੇ, 11 ਕਾਨੂੰਗੋ ਦੀਆਂ ਪੋਸਟਾਂ ਖਾਲੀ ਨੇ, 190 ਪੋਸਟਾਂ ਤੇ ਸਿਰਫ 43 ਜਿਹੜੇ ਰੈਗੂਲਰ ਪਟਵਾਰੀ ਕੰਮ ਕਰ ਰਹੇ ਨੇ। ਦੇਖੋ ਏਰੀਆ ਆਊਟ ਆਫ 190 ਓਨਲੀ 43 ਪਟਵਾਰੀ ਆਰ ਔਨ ਡਿਊਟੀ, ਉਹਨਾਂ ਨੂੰ ਕੰਮ ਕਰ ਰਹੇ ਨੇ। 29 ਕਾਨੂੰਗੋ ਦੀਆਂ ਪੋਸਟਾਂ ਤੇ 18 ਹੀ ਕੰਮ ਕਰ ਰਹੇ ਨੇ। ਇਸ ਗੱਲ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਸਾਡੇ ਫੈਕਟਸ ਤੇ ਫਿਗਰ ਕੀ ਕਹਿੰਦੇ ਨੇ, ਸਾਡੇ ਸਰਕਾਰ ਦੀ ਕਹਿਣੀ ਕੀ ਹੈ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਹਿਣੇ ਤੇ ਕਰਨੇ ਨੂੰ ਮਿਲਿਆ ਨਹੀਂ ਜਾ ਸਕਦਾ, ਕਿਉਂਕਿ ਸਾਨੂੰ ਜਦੋਂ ਅਸੀਂ ਪ੍ਰੋਗਰੈਸ ਪੇਸ਼ ਕਰਨੀ ਆ ਤਾਂ ਉਹਦੇ ਲਈ ਮੁਲਾਜ਼ਮਾਂ ਦੀ ਲੋੜ ਹੁੰਦੀ ਹੈ, ਤੇ ਮੁਲਾਜ਼ਮਾਂ ਨੂੰ ਤਾਂ ਅਸੀਂ ਕਰਪਟ ਕਹਿ ਕੇ ਸਾਈਡਲਾਈਨ ਕਰ ਰਹੇ ਹਾਂ। ਪਰ ਕਿਤੇ ਨਾ ਕਿਤੇ ਜਿਹੜੀ ਪੰਜਾਬ ਸਰਕਾਰ ਹੈ ਕਰੀ ਕਿ ਨਵੇਂ ਨੌਜਵਾਨ ਵੀ ਜਿਹੜੇ ਉਹਨਾਂ ਨੇ ਭਰਤੀ ਕੀਤੀ ਹੈ ਜੀ 5-5 ਹਜ਼ਾਰ ਤੇ ਕਹਿੰਦੇ। ਬਿਲਕੁਲ ਜੀ, ਨਵੇਂ ਨੌਜਵਾਨਾਂ ਨੂੰ ਮੌਕਾ ਦਿੱਤਾ, ਨਵੇਂ ਨੌਜਵਾਨਾਂ ਨੂੰ ਮੌਕਾ ਦੇਣਾ ਸਰਕਾਰਾਂ ਦਾ ਫਰਜ਼ ਹੁੰਦਾ, ਪਹਿਲਾਂ ਵਾਲੀਆਂ ਸਰਕਾਰਾਂ 20 ਦਿੰਦੀਆਂ ਆਈਆਂ, ਇਹ ਸਰਕਾਰ ਵੀ ਮੌਕਾ ਦੇ ਰਹੀ ਹੈ, ਵਧੀਆ ਗੱਲ ਆ। ਬਟ ਕਿਸੇ ਦਾ ਗਲ ਘੁੱਟ ਕੇ ਕਿਸੇ ਹੋਰ ਦੇ ਮੂੰਹ ਦੇ ਵਿੱਚ ਪਾਣੀ ਪਾਉਣਾ, ਇਹ ਮੈਂ ਸਮਝਦਾ ਵੀ ਇਨਸਾਫ ਨਹੀਂ ਹੈ। ਉਹਨਾਂ ਨੂੰ ਵੀ ਉਸੇ ਤੱਕ ਟ੍ਰੀਟ ਕੀਤਾ ਜਾਣਾ ਚਾਹੀਦਾ ਜਿਵੇਂ ਉਹਨਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਸੀ। ਦੇਖੋ ਐਕਸ ਸਰਵਿਸਮੈਨ ਨੇ ਜਿਹੜੇ, ਉਹਨਾਂ ਨੂੰ ਪਟਵਾਰੀਆਂ ਦੀ ਜਗ੍ਹਾ ਤੇ ਜੇ ਉਹ ਤਾਂ 30+ ਪਹਿਲਾਂ ਹੀ ਉਹ ਲੈ ਰਹੇ ਨੇ ਪੈਨਸ਼ਨ ਲੈ ਰਹੇ, ਤੇ ਜੇ ਉਹਨਾਂ ਦੇ ਐਡੀਸ਼ਨ ਦੇ ਵਿੱਚ ਉਹਨਾਂ ਨੂੰ ਐਕਸਟਰਾ ਪੇ ਕਰਕੇ ਦਿੱਤਾ ਜਾ ਰਿਹਾ, ਇਹ ਤੋਂ ਬੈਟਰ ਤਾਂ ਢੀਂਡਸਾ ਸਾਹਿਬ ਨੇ ਕਿਹਾ ਵੀ ਸਾਨੂੰ ਉਹਨਾਂ ਨਵੇਂ ਮੁੰਡਿਆਂ ਤੇ ਓਬਜੈਕਸ਼ਨ ਨਹੀਂ ਹੈ, ਉਹਨਾਂ ਨੂੰ ਲਾ ਲਿਆ ਜਾਵੇ ਜੀ, ਉਹ ਸੀਟਾਂ ਫੁਲਫਿਲ ਕਰ ਲਈਆਂ ਜਾਣ, ਤਨਖਾਹ ਕਲੀਅਰ ਕੀਤੀ ਜਾਵੇ। ਬਿਲਕੁਲ, ਤਨਖਾਹ ਕਲੀਅਰ ਕੀਤੀ ਜਾਵੇ, ਜੋ ਉਹਨਾਂ ਦਾ ਬੇਸਿਕ ਪੇ ਆ ਉਹਨੇ 900 ਹੀ ਦੇਵੋਗੇ ਤੁਸੀਂ, ਜਾਂ ਉਹਨਾਂ ਨੂੰ 5 ਤੇ ਦੇ ਕੇ ਫਿਰ ਸ਼ੋਸ਼ਣ ਕਰੋਗੇ? ਇਹ ਬੜਾ ਵੱਡਾ ਸਵਾਲ ਆ ਜਿਹੜਾ ਮੌਜੂਦਾ ਸਰਕਾਰ ਦੇ ਸਾਹਮਣੇ ਖੜਾ। 2024 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ 1 Nation 1 Election ਹੋਣ ਜਾ ਰਿਹਾ, ਕਿਸ ਤਰ੍ਹਾਂ ਦੇਖਦੇ ਇਸ ਗੱਡਬੰਦ? ਬਿਲਕੁਲ ਜੀ, ਇਹ ਇੱਕ ਪਰਸੈਪਸ਼ਨ ਆ 1 Nation 1 Election ਦੀ, ਜਿਹੜੀ ਸੈਂਟਰ ਗੌਰਮੈਂਟ ਨੇ ਪ੍ਰਪੋਜ਼ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹਦੀ ਸਪੋਰਟ ਕੀਤੀ ਆ, ਉਹਦੇ ਪਿੱਛੇ ਬੜੀ ਵੱਡੀ ਵਜ੍ਹਾ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੇ ਕੋਲ ਇੰਨੀ ਸ਼ਾਰਟੇਜ ਆਫ ਟਾਈਮ ਆ, ਇੰਨੀ ਸਾਡੀ ਬਿਜੀ ਲਾਈਫ ਆ, ਤੇ ਸਾਡੇ ਕੋਲ ਹੋਰ ਕੰਸਰਨਸ ਨੇ ਜਿਹੜੇ ਉਹ ਇੰਨੇ ਸ਼ਡਿਊਲਡ ਨੇ, ਵੀ ਸਾਡੇ ਕੋਲ ਇਹ ਪੋਸੀਬਲ ਨਹੀਂ ਵੀ ਅੱਜ ਅਸੀਂ ਮੈਂਬਰੀ ਦੀਆਂ ਵੋਟਾਂ ਸਰਪੰਚੀ ਦੀਆਂ ਪਾਉਣ ਜਾਈਏ, ਕੱਲ ਨੂੰ ਸੰਮਤੀ ਦੀਆਂ, ਪਰਸੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ, ਫਿਰ MP ਦੀਆਂ, ਫਿਰ MLA ਦੀਆਂ। ਤਾਂ ਇਹਨੂੰ ਸਮ ਅਪ ਕਰਦੇ ਹੋਏ ਜੇ ਕੋਈ ਸੈਂਟਰ ਗੌਰਮੈਂਟ, ਜੇ ਕੋਈ ਕਿਸੇ ਦੇਸ਼ ਦੀ ਹਕੂਮਤ ਇਹ ਕਾਨੂੰਨ ਬਣਾਉਣਾ ਚਾਹੁੰਦੀ ਆ ਤੇ ਇੰਪਾਰਸ਼ਲੀ ਕਾਨੂੰਨ ਬਣਾਉਣਾ ਚਾਹੁੰਦੀ ਆ ਜਿਹਦੇ ਵਿੱਚ ਕੋਈ ਪੱਖਪਾਤ ਨਹੀਂ, ਬਈ ਇੱਕੋ ਦੇਸ਼ ਦੇ ਵਿੱਚ ਸਟੇਟਾਂ ਦੀਆਂ ਤੇ ਸੈਂਟਰ ਦੀਆਂ ਇਲੈਕਸ਼ਨਾਂ MPs ਤੇ MLAs ਦੀਆਂ ਇਕੱਠੀਆਂ ਹੋ ਜਾਣ, ਮੈਂ ਸਮਝਦਾ ਵੀ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਇੱਥੇ ਸਾਡੇ ਸਮੇਂ ਦੀ ਬਚਤ ਹੋਵੇਗੀ, ਸਾਡੇ ਪੈਸੇ ਦੀ ਬਚਤ ਹੋਵੇਗੀ, ਸਾਨੂੰ ਅੱਧੇ ਇੰਪਲਾਈਜ਼ ਦੇ ਨਾਲ ਸਰ ਜਾਵੇਗਾ, ਸਾਨੂੰ ਚਾਰਜਸ ਘੱਟ ਪੈਣਗੇ, ਸਾਨੂੰ ਅਸੀਂ ਬੜਾ ਵਧੀਆ ਡੀਲ ਕਰ ਸਕਦੇ। 2024 ਦੀਆਂ ਚੋਣਾਂ ਆ ਰਹੀਆਂ ਨੇ, ਪਰ ਜੇ ਸੁਖਪਾਲ ਸਿੰਘ ਖਹਿਰਾ ਵੀ ਬੜੇ ਐਕਟਿਵ ਰਹਿੰਦੇ ਨੇ, ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਤੁਹਾਡੇ ਸਾਹਮਣੇ ਜਦੋਂ ਇੱਕੋ ਮੰਚ ਤੇ ਜਿਹੜਾ ਹੈਗਾ ਚੋਣਾਂ ਦਾ ਪ੍ਰਚਾਰ? ਬਿਲਕੁਲ ਜੀ, ਸੁਖਪਾਲ ਸਿੰਘ ਖਹਿਰਾ ਮੇਰੇ ਵੱਡੇ ਭਰਾ ਨੇ, ਅਸੀਂ ਬੜਾ ਸਤਿਕਾਰ ਕਰਦੇ ਹਾਂ ਉਹਨਾਂ ਦਾ, ਜਨਰਲੀ ਆਈ ਮੇਕ ਕਨਵਰਸੇਟ ਵਿਦ ਹਿਮ ਜੀ। ਸੁਖਪਾਲ ਸਿੰਘ ਖਹਿਰਾ ਦੀ ਇੱਕ ਬੜੀ ਵੱਡੀ ਮਜਬੂਰੀ ਆ ਵੀ ਉਹਨਾਂ ਨੂੰ ਉਹਨਾਂ ਦੀ ਪਾਰਟੀ ਕਰਨੀ ਸਪੋਰਟ ਨਹੀਂ ਕੀਤਾ ਜਾ ਰਿਹਾ, ਉਹਨਾਂ ਦੀ ਪਾਰਟੀ ਦੇ ਵਿੱਚ ਪਏ ਹੋਏ ਫ੍ਰੈਕਸ਼ਨਸ ਤੋਂ ਸਾਨੂੰ ਲਾਭ ਹੋਵੇ ਨਾ ਹੋਵੇ ਬਟ ਉਹਨਾਂ ਨੂੰ ਲੌਸ ਜ਼ਰੂਰ ਹੋਏਗਾ, ਮੈਂ ਉਹਨਾਂ ਦੇ ਨਾਲ ਦਿਲੀ ਹਮਦਰਦੀ ਆ। ਹਾਂ, ਗਾਹੇ ਬੁਗਾਹੇ ਉਹ ਅੱਡ ਅੱਡ ਪਲੇਟਫਾਰਮਸ ਤੇ ਜਿਹੜੇ ਇਸ਼ੂਜ਼ ਰੇਜ਼ ਕਰਦੇ ਨੇ ਉਹ ਕਾਬਲੇ ਤਾਰੀਫ ਹੁੰਦੇ। ਇੰਦਰਜੀਤ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕਸ ਫਾਰ ਕਮਿੰਗ। ਥੈਂਕਸ। ਸੋ ਦਰਸ਼ਕੋ, ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਮੌਜੂਦਾ ਮੈਂਬਰ ਭਾਗੀਕੇ ਤੋਂ ਇੰਦਰਜੀਤ ਸਿੰਘ, ਅਤੇ ਜਿਨ੍ਹਾਂ ਨੇ ਦੱਸਿਆ ਕਿ ਕੱਲ੍ਹ ਜੋ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੁੰਦੀ ਆ ਪ੍ਰਧਾਨ ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ, ਅਤੇ ਉਹਦਾ ਕਾਰਨ ਕੀ ਸੀ ਅਸਲ ਦੇ ਵਿੱਚ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਹੋਣਾ, ਔਰ ਨਾਲ ਦੀ ਨਾਲ ਇਹਨਾਂ ਨੇ ਪਟਵਾਰੀਆਂ 'ਤੇ ਜੋ ਪੰਚਾਇਤੀ ਚੋਣਾਂ ਸੀ ਉਹਨਾਂ 'ਤੇ ਵੀ ਇਹਨਾਂ ਨੇ ਬਹੁਤ ਵਧੀਆ ਜਿਹੜੇ ਸਵਾਲ ਜਵਾਬ ਕੀਤੇ ਨੇ। ਇਸ ਸਵਾਲਾਂ ਜਵਾਬਾਂ ਦੇ ਵਿੱਚੋਂ ਤੁਹਾਨੂੰ ਵੀ ਲੱਗਦਾ ਕਿ ਜੋ ਪਟਵਾਰੀ ਨੇ ਜਾਂ ਆਉਣ ਵਾਲੀਆਂ ਚੋਣਾਂ ਨੇ ਉਹਨਾਂ ਬਾਰੇ ਤੁਸੀਂ ਆਪਣੀ ਪ੍ਰਤੀਕਿਰਿਆ ਦੇਣਾ ਚਾਹੁੰਦੇ ਹੋ
तां कमेंट बॉक्स के विच जरूर लिखो। बहुत बहुत धन्यवाद जी।